सो साडी क्लास जिहड़ी है इहदा नाम है रीडिंग एंड अंडरस्टैंडिंग गुरबाणी. सो एज वी विल लर्न हाउ टू रीड सर्टेन वर्ड्स ऑफ गुरबाणी, सो वी विल ऑल्सो ट्राई टू अंडरस्टैंड सिंपलर मीनिंग्स ऑफ गुरबाणी कि आपां रोज पढ़ते हैं थोड़ा थोड़ा सानू समझ आ जाए. तो एक चीज़ जिहड़ी मैं पहले ही कह देना चाहुंदा हां, एक डिस्कलेमर यह भी है कि देयर इज नो वन थ्रू आउट द हिस्ट्री ऑफ दिस सिक्खी लिटरेचर हु हैज एवर क्लेम्ड कि जेड़े अर्थ मैं कर दिते वट एवर मीनिंग्स आई एम टेलिंग यू आर द फाइनल, कोई नहीं कह सकता. सो इट डिपेंड्स ऑन यू, इट डिपेंड्स ऑन योर एक्सपीरियंस, इट डिपेंड्स ऑन द स्टेज ऑफ लाइफ यू आर, उस तरह चेंज होंगे. मैं तुम इनी गल दस दिना कि अबाउट 17 और 18 टाइम्स अलग अलग गुरुद्वार गुरु साहब ने जपजी साहब की कथा की सेवा मेथों ली और हर वार अलग अर्थ होंगे, हर वार डिफरेंट मीनिंग्स आते हैं बिकॉज एज वी रीड एंड स्टडी मोर एंड मोर द मीनिंग्स चेंज. जिमें साडा स्टेट ऑफ माइंड होंगे मीनिंग्स चेंज होंगे, है ना. हुण छोटे बच्चे लिए किसी चीज़ का मीनिंग कुछ होंगे है, वैन यू आर यंग तुहाडे लिए हैप्पीनैस का मतलब ही कुछ होर होंगे, आइसक्रीम मिल गई चॉकलेट मिल गई वी आर हैप्पी, दैट्स हैप्पीनैस. एज यू ग्रो थोड़े जे होर वड्डे होंगे चंगे ग्रेड्स आ गए किसी ने एप्रीशिएट कर दिता वो हैप्पीनैस हो गई, थोड़े होर वड्डे चेंज होंगे हर चीज़. गुरबाणी बहुत डूंगी है ना, की कहते होंगे कुजे में समुद्र कहते हैं आप पंजाबी दे. इस करके ए जे कितने माइंड च आए कि आ जिहड़े अर्थ जिहड़े मैं पढ़े हैं जां मैनू पता है उहदे नाल मेल नहीं खांदे, इट विल डेफिनेटली हैपन, इट विल हैपन. बट माय एफर्ट इज टू डू वन थिंग कि जे जपजी साहब दे असीं अर्थ कर रहे हैं, जपजी इज अ होल बाणी, इट कंटेन्स अ थीम, ਇਹਦੇ ਵਿੱਚ ਕੋਈ ਇੱਕ ਪੌੜੀ ਦੂਜੀ ਪੌੜੀ ਦੇ ਨਾਲ ਰਿਲੇਟਡ ਹੋਣੀ ਚਾਹੀਦੀ ਹੈ, ਲਾਈਕ ਇੱਧਰ ਉੱਧਰ ਨਹੀਂ ਜਾਣੀ ਚਾਹੀਦੀ, ਹੈ ਨਾ. ਹਰ ਲਾਈਨ ਜਿਹੜੀ ਐਸੋਸੀਏਟਡ ਵਿਦ ਦ ਸੈਕਿੰਡ ਲਾਈਨ, ਸੋ ਵੀ ਵਿਲ ਡੂ ਇਟ ਦੈਟ ਵੇ. ਐਂਡ ਸੈਕਿੰਡ ਥਿੰਗ, ਗੁਰਬਾਣੀ ਇਜ਼ ਅਬਾਊਟ ਅਵਰ ਸਪਿਰਿਚੁਅਲ ਗਰੋਥ, ਅੰਦਰ ਦੀ ਯਾਤਰਾ ਸਾਡੀ, ਹੈ ਨਾ, ਇਨਰ ਜਰਨੀ. ਸੋ ਇਸ ਚੀਜ਼ ਦਾ ਧਿਆਨ ਰੱਖਣਾ. ਸੋ ਪਹਿਲੀ ਚੀਜ਼ ਜਿਹੜੀ ਹੈਗੀ ਹੈ ਮੈਂ ਪਹਿਲਾਂ ਹੀ ਕਹੀ, ਵੀ ਰੀਡ ਔਰ ਲਿਸਨ ਟੂ ਗੁਰਬਾਣੀ ਆਲਮੋਸਟ ਡੇਲੀ. ਅਸੀਂ ਡੇਲੀ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਮੋਸਟ ਆਫਨ ਸਾਡੇ ਨਾਲ ਇਹ ਹੁੰਦਾ ਆ ਕਿ ਵਾਈਲ ਵੀ ਆਰ ਰੀਡਿੰਗ ਵੀ ਫੀਲ ਸਕੇਅਰਡ ਆਫ ਮੇਕਿੰਗ ਮਿਸਟੇਕਸ. ਉਹਦੇ ਬਾਅਦ ਜਦੋਂ ਸਮਝਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਬਹੁਤ ਥੋੜ੍ਹਾ ਸਮਝਦੇ ਹਾਂ, ਇੱਧਰੋਂ ਉੱਧਰੋਂ ਕੋਈ ਚੀਜ਼ ਮਿਲ ਜਾਂਦੀ ਹੈ ਸਾਨੂੰ, ਵੀ ਅੰਡਰਸਟੈਂਡ ਵੈਰੀ ਲਿਟਲ ਐਂਡ ਦੈਟ ਟੂ ਇਜ਼ ਮੋਸਟਲੀ ਆਊਟ ਆਫ ਕੰਟੈਕਸਟ. ਮੈਂ ਤੁਹਾਨੂੰ ਇਹਦਾ ਐਗਜ਼ਾਮਪਲ ਦਿੰਦਾ ਵਟ ਹੈਪਨਸ ਵੈਨ ਇਟ ਗੋਜ਼ ਆਊਟ ਆਫ ਕੰਟੈਕਸਟ. ਦੇਰ ਇਜ਼ ਅ ਬਿਊਟੀਫੁਲ ਸ਼ਬਦ ਯੂ ਆਲ ਨੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ. ਚਲੋ ਮੇਰੇ ਨਾਲ ਸਾਰੇ ਬੋਲੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ. ਫਿਰ ਬੋਲੇ ਕੋਰੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ. ਵੈਰੀ ਪਾਪੂਲਰ, ਵੀ ਆਲ ਨੋ ਦਿਸ ਲਾਈਨ. ਮੋਸਟ ਆਫਨ ਇਟ ਹੈਪਨਸ ਕਿ ਜਦੋਂ ਸਾਡੇ ਘਰ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ, ਵੀ ਆਸ ਭਾਈ ਸਾਹਿਬ ਕੀ ਇਹ ਸ਼ਬਦ ਗਾਓ. ਪਰ ਤੁਹਾਨੂੰ ਪਤਾ ਹੈ ਕਿ ਅਸੀਂ ਇਹੀ ਲਾਈਨ ਕਿਉਂ ਕਹਿੰਦੇ ਹਾਂ, ਬਿਕੋਜ਼ ਵੀ ਲਾਈਕ ਲੱਖ, ਵੀ ਲਾਈਕ ਖੁਸ਼ੀਆਂ ਐਂਡ ਵੀ ਲਾਈਕ ਪਾਤਸ਼ਾਹੀਆਂ. ਠੀਕ ਹੈ, ਸਾਡਾ ਸਬਕੌਂਸ਼ੀਅਸ ਮਾਈਂਡ ਨੂੰ ਅੱਛਾ ਲੱਗਦਾ ਹੈ ਇਹ ਚੀਜ਼ਾਂ ਸੁਣਨੀਆਂ ਕਿ ਗੁਰੂ ਮੇਰੇ 'ਤੇ ਬਖਸ਼ਿਸ਼ ਕਰੇਗਾ, ਮੈਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਮਿਲ ਜਾਣਗੀਆਂ. ਬਟ ਰਿਮੈਂਬਰ, ਦਿਸ ਇਜ਼ ਆਊਟ ਆਫ ਕੰਟੈਕਸਟ. ਦਾ ਸ਼ਬਦ ਜਿਹੜਾ ਹੈਗਾ ਨਾ, ਇਹ ਸ਼੍ਰੀ ਰਾਗ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ. ਐਂਡ ਯੂ ਵਿਲ ਬੀ ਯੂ ਨੋ ਸਰਪ੍ਰਾਈਜ਼ ਟੂ ਨੋ ਕਿ ਇਸ ਸ਼ਬਦ ਦਾ ਜਿਹੜਾ ਰਹਾਓ ਹੈ, ਜਿਹੜਾ ਥੀਮ ਹੈ ਨਾ, ਉਹ ਪਤਾ ਕੀ ਹੈ. ਮੇਰੇ ਨਾਲ ਬੋਲਿਓ, ਮੇਰੇ ਮਨ ਏਕਸ ਸਿਓ ਚਿੱਤ ਲਾਏ, ਮੇਰੇ ਮਨ ਏਕਸ ਸਿਓ ਚਿੱਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ. Without that one God, ਇੱਕ ਰੱਬ ਤੋਂ ਬਿਨਾਂ ਇਹ ਸਭ ਮਿੱਥਿਆ, ਫਾਲਸ, ਰਬਿਸ਼, ਟਰੈਸ਼. ਉਹਦੇ ਵਿੱਚ ਲੱਖ ਵੀ ਆਉਣੇ ਹੈ, ਉਹ 'ਚ ਖੁਸ਼ੀਆਂ ਅਤੇ ਪਾਤਸ਼ਾਹੀਆਂ ਵੀ ਆਉਣੀਆਂ. ਦੈਟ ਮੀਨਸ ਦਿਸ ਸ਼ਬਦ ਇਜ਼ ਨੋਟ ਅਬਾਊਟ ਲੱਖ ਖੁਸ਼ੀਆਂ ਪਾਤਸ਼ਾਹੀਆਂ. ਦਿਸ ਸ਼ਬਦ ਇਜ਼ ਅਬਾਊਟ ਡਿਸਕਾਰਡਿੰਗ ਐਵਰੀਥਿੰਗ ਆਊਟਸਾਈਡ ਕਿ ਇਹ ਮੈਨੂੰ ਰਿਚ ਕਰਦੇ ਆ. ਠੀਕ ਹੈ, ਕਿ ਖਰੇ ਪੈਸਾ ਜਾਂ ਆਊਟ ਅਚੀਵਮੈਂਟਸ ਔਰ ਸਕਸੈਸ ਇਜ਼ ਗੋਇੰਗ ਟੂ ਮੇਕ ਮੀ ਯੂ ਨੋ ਸਕਸੈਸਫੁਲ ਇਨ ਮਾਈ ਲਾਈਫ, ਕਿ ਇਹਨੇ ਮੈਨੂੰ ਰਿਚ ਕਰਨਾ. ਸ਼ਬਦ ਕੁਝ ਹੋਰ ਹੈ, ਸ਼ਬਦ ਇਜ਼ ਅਬਾਊਟ ਲਿਵਿੰਗ ਇਨ ਕੰਟੈਂਟਮੈਂਟ. ਦੈਟ ਮੀਨਸ ਜਿਹੜੀ ਲਾਈਨ ਆਪਾਂ ਪਹਿਲਾਂ ਬੋਲੀ ਉਹਦਾ ਮਤਲਬ ਚੇਂਜ ਹੋ ਜਾਏਗਾ. ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਡਜ਼ਨਟ ਮੀਨ ਕਿ ਇਫ ਗੁਰੂ ਬਲੈਸਿਸ ਮੀ ਦੈਨ ਆਈ ਵਿਲ ਗੈਟ ਲੱਖ ਖੁਸ਼ੀਆਂ ਐਂਡ ਪਾਤਸ਼ਾਹੀਆਂ.
ਸੋ ਜੇ ਸ਼ਬਦ ਦਾ ਕੰਟੈਕਸਟ ਦੇਖੋਗੇ ਇਹਦਾ ਮਤਲਬ ਇਹ ਹੋਇਆ ਦੈਟ ਲੱਖ ਖੁਸ਼ੀਆਂ ਪਾਤਸ਼ਾਹੀਆਂ ਹੈ ਹੀ ਉਹ ਨੇ ਜਦੋਂ ਮੇਰੇ ਤੇ ਗੁਰੂ ਕਿਰਪਾ ਕਰਦਾ ਮੇਰੇ ਗੁਰੂ ਦੀ ਬਲੈਸਿੰਗ ਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ ਆਈ ਡੂ ਨਾਟ ਸੀਕ ਲੱਖ ਐਂਡ ਖੁਸ਼ੀਆਂ ਐਂਡ ਪਾਤਸ਼ਾਹੀਆਂ ਆਈ ਐਮ ਨਾਟ ਸੀਕਿੰਗ ਠੀਕ ਹੈ ਕਿਤੇ ਅਰਦਾਸ ਸਾਡੇ ਮਨ ਚ ਹੀ ਆ ਰਿਹਾ ਨਾ ਕਿ ਗੁਰੂ ਜੀ ਬੜੀ ਪ੍ਰੋਬਲਮ ਚੱਲ ਰਹੀ ਘਰ ਚ ਤੁਸੀਂ ਸ਼ਬਦ ਦਿੱਤਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੁਸੀਂ ਕਿਰਪਾ ਕਰੋ ਤੇ ਮਿਲ ਜਾਏ ਸੋ ਦ ਸ਼ਬਦ ਕੰਟੈਕਸਟ ਇਜ਼ ਕਿ ਗੁਰੂ ਦੀ ਬਲੈਸਿੰਗ ਹੁਣੇ ਬੱਚੇ ਇੱਥੇ ਬੈਠੇ ਸੀ ਮੈਂ ਫਿਰ ਦੱਸ ਦਵਾਂ ਅੱਗੇ ਆਏਗਾ ਅੱਜ ਦੀ ਕਲਾਸ 'ਚ ਆਏਗਾ ਕਿ ਗੁਰੂ ਦੀ ਬਲੈਸਿੰਗ ਕੀ ਹੁੰਦੀ ਹੈ ਗੁਰੂ ਦੀ ਕਿਰਪਾ ਕੀ ਹੁੰਦੀ ਹੈ ਗੁਰੂ ਦੀ ਨਜ਼ਰ ਕੀ ਹੁੰਦੀ ਹੈ ਤਾਂ ਅਸੀਂ ਇਹ ਜਾਣਨਾ ਕਿ ਵਾਇਲ ਰੀਡਿੰਗ ਵੀ ਅੰਡਰਸਟੈਂਡ ਵੈਰੀ ਲਿਟਲ ਜੋ ਅਸੀਂ ਪੜ੍ਹਦੇ ਹਾਂ ਅਸੀਂ ਸਮਝਦੇ ਹਾਂ ਬੜਾ ਥੋੜ੍ਹਾ ਹੁੰਦਾ ਹੈ ਐਂਡ ਮੋਸਟ ਆਫਨ ਆਊਟ ਆਫ ਕੰਟੈਕਸਟ ਹੋ ਜਾਂਦਾ ਹੈ ਉਹ ਸ਼ਬਦ ਦਾ ਮਤਲਬ ਕੁਛ ਹੋਰ ਸੀ ਸੋ ਦੈਨ ਇਹ ਸਾਡੀ ਰਿਸਪੋਂਸੀਬਿਲਿਟੀ ਹੈ ਕਿਸੇ ਹੋਰ ਦੀ ਨਹੀਂ ਹੈ ਨਾ ਇਟਸ ਆਵਰ ਰਿਸਪੋਂਸੀਬਿਲਿਟੀ ਟੂ ਰੀਡ ਅੰਡਰਸਟੈਂਡ ਐਂਡ ਇੰਪਲੀਮੈਂਟ ਰਿਮੈਂਬਰ ਇੰਪਲੀਮੈਂਟੇਸ਼ਨ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ ਜਿੱਥੇ ਅਸੀਂ ਛੱਡ ਜਾਂਦੇ ਤੋ ਰੀਡਿੰਗ ਵੀ ਕਰਨੀ ਹੈ ਸਮਝਣਾ ਵੀ ਹੈ ਅਤੇ ਇੰਪਲੀਮੈਂਟ ਵੀ ਕਰਨਾ ਟੂਡੇ ਮਾਰਨਿੰਗ ਇਟਸੈਲਫ ਵੀ ਆਵਰ ਡਿਸਕਸਿੰਗ ਇਨ ਦਾ ਕਿਡਸ ਕਲਾਸ ਕਿ ਲਿਸਨਿੰਗ ਕੀ ਹੁੰਦੀ ਹੈ ਉਹਨਾਂ ਨੂੰ ਪਤਾ ਹੈ ਬੱਚਿਆਂ ਨੂੰ ਦੇ ਹੈਵ ਲਾਈਕ ਬਿਕੋਜ਼ ਦੇ ਆਰ ਕਮਿੰਗ ਇਨ ਟੂ ਦਾ ਗੁਰਮਤਿ ਕਲਾਸ ਦੇ ਹੈਵ ਅੰਡਰਸਟੂਡ ਦਿਸ ਲਿਸਨਿੰਗ ਮੀਨਸ ਟੂ ਫੋਲੋ ਗੁਰੂ ਦੀ ਕਿਰਪਾ ਜਦੋਂ ਲੈਣੀ ਗੁਰੂ ਦੀ ਗੱਲ ਨੂੰ ਸੁਣਨਾ ਉਹਨੂੰ ਫੋਲੋ ਕਰਨਾ ਉਹੀ ਕਰਨਾ ਜੋ ਕਹਿ ਰਿਹਾ ਹੈ ਮੱਥਾ ਟੇਕਣ ਦਾ ਮਤਲਬ ਵੀ ਇਹੀ ਹੈ ਮੱਥੇ 'ਚ ਸਾਡਾ ਬ੍ਰੇਨ ਹੈ ਆਲ ਦਾ ਥੋਟ ਪ੍ਰੋਸੈਸ ਸੋ ਵੈਨ ਗੁਰੂ ਸੇਜ਼ ਸਮਥਿੰਗ ਆਈ ਐਮ ਨੋਟ ਗੋਇੰਗ ਟੂ ਪੁੱਟ ਮਾਈ ਥੋਟਸ ਓਵਰ ਇਟ ਕਿ ਨਹੀਂ ਮੈਂ ਤਾਂ ਆਇਆ ਚਾਹੁੰਦਾ ਹਾਂ ਆਈ ਵਿਸ਼ ਦਿਸ ਸੋ ਇਹ ਕਹਿ ਇਹ ਨਹੀਂ ਕਿ ਮੇਰਾ ਤਾਂ ਗੁਰੂ ਜੀ ਨਵਾਂ ਮੈਂ ਬਿਜ਼ਨਸ ਸ਼ੁਰੂ ਕੀਤਾ ਇਸ ਕਰਕੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਇਸ ਕਰਕੇ ਤੁਸੀਂ ਹੁਣ ਇਹ ਹੁਕਮਨਾਮਾ ਦਿਓ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਸੋ ਨਹੀਂ ਇਹ ਮੇਰੀ ਥੋਟ ਹੈ ਗੁਰੂ ਮੈਨੂੰ ਜੋ ਕਹਿ ਰਿਹਾ ਮੈਂ ਉਹ ਕਰਨਾ ਹੈ ਸਿਰ ਦੇਣ ਦਾ ਮਤਲਬ ਇਹ ਮੱਥਾ ਟੇਕਣ ਦਾ ਮਤਲਬ ਇਹ ਹੈ ਸੋ ਇਸ ਕਰਕੇ ਇਹ ਸਾਡੀ ਰਿਸਪੋਂਸੀਬਿਲਿਟੀ ਹੈ ਦੈਟ ਵੀ ਹੈਵ ਟੂ ਰੀਡ ਚਲੋ ਫਿਰ ਸਟਾਰਟ ਕਰੀਏ ਅੱਜ ਹੀ ਲੈਟ ਸਟਾਰਟ ਇਟ ਟੂਡੇ ਸਟਾਰਟ ਇਟ ਨਾਓ ਜਿੱਥੇ ਖੜੇ ਉੱਥੇ ਸਟਾਰਟ ਕਰ ਦਿਓ ਲੇਟ ਨਹੀਂ ਕਰਨਾ ਹੈ ਨਾ ਹਰ ਜਪਦਿਆਂ ਖਿਨ ਢਿੱਲ ਨਾ ਕੀ ਜਾਈ ਮੇਰੀ ਜਿੰਦੜੀਏ ਮੱਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਵੀ ਡੋਂਟ ਨੋ ਕਿ ਕਿੰਨੀ ਕੁ ਲਾਈਫ ਸਾਡੇ ਕੋਲ ਹੈ ਚਲੋ ਅਸੀਂ ਅੱਗੇ ਪੜ੍ਹਦੇ ਹਾਂ ਜੀ ਸਭ ਤੋਂ ਪਹਿਲਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਪੜ੍ਹਨ ਤੇ ਆਉਂਦੇ ਹਾਂ ਦ ਵੈਰੀ ਫਸਟ ਥਿੰਗ ਵੈਨ ਯੂ ਓਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਇਹ ਤੁਹਾਨੂੰ ਉੱਪਰ ਨਜ਼ਰ ਆਉਂਦਾ ਉਸ ਵੇਲੇ ਇਹ ਨਾਲ ਮੇਰੇ ਬੋਲਿਓ ਸਾਰੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅੱਛਾ ਉੱਥੇ ਥੱਲੇ ਜਿਹੜਾ ਰੋਮਨ 'ਚ ਲਿਖਿਆ ਮੈਂ ਜਿਹੜਾ ਗੁਰਪ੍ਰਸਾਦ ਉਹਨੂੰ ਧਿਆਨ ਨਾਲ ਪੜ੍ਹਿਓ ਆਪਾਂ ਜੀ ਯੂ ਆਰ ਪੀ ਆਰ ਏ ਲਿਖਿਆ ਹੈ ਪ੍ਰਸਾਦ ਪੜ੍ਹਨਾ ਪ੍ਰਸਾਦ ਨਹੀਂ ਪੜ੍ਹਨਾ ਪਰ ਅਤੇ ਪ੍ਰ 'ਚ ਫਰਕ ਹੈ ਨਾ ਪੱਪੇ ਪੈਰ ਹੈ ਰਾਰਾ ਜਦੋਂ ਅਸੀਂ ਉੱਪਰ ਗੁਰਮੁਖੀ ਦੇਖ ਰਹੇ ਹਾਂ ਪ੍ਰਸਾਦ ਪ੍ਰਸਾਦ ਨਹੀਂ ਪ੍ਰਸ਼ਾਦ ਵੀ ਨਹੀਂ ਪ੍ਰਸਾਦ ਸੋ ਸਾਰੇ ਮੇਰੇ ਨਾਲ ਫਿਰ ਪੜ੍ਹਿਓ ਇੱਕ ਵਾਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਹਾਂਜੀ ਇਹ ਇਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ ਆਮ ਭਾਸ਼ਾ ਵਿੱਚ ਹਨ ਯੂਜੁਅਲੀ ਵੀ ਕਾਲ ਇਟ ਮੂਲ ਮੰਤਰ ਔਰ ਮੈਨੀ ਕਥਾ ਵਾਚਕ ਸੀ ਯੂ ਮਸਟ ਹੈਵ ਹਰਡ ਦੇ ਸੇ ਇਟ ਮੰਗਲਾਚਰਨ ਸੋ ਬੋਥ ਦੀਸ ਵਰਡਸ ਮੂਲ ਮੰਤਰ ਐਂਡ ਮੰਗਲਾਚਰਨ ਯੂ ਵੋਂਟ ਫਾਈਂਡ ਇਟ ਇਨ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਇਹ ਵਰਡ ਨਹੀਂ ਹੈਗਾ ਦੈਟ ਮੀਨਸ ਇਟ ਅਪੀਅਰਡ ਲੇਟਰ ਆਫਟਰ ਗੁਰੂ ਗੁਰੂ ਤੋਂ ਬਾਅਦ ਅਸੀਂ ਇਹ ਲਫਜ਼ ਰੱਖ ਲਿਆ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੈਰੀ ਬਿਗਨਿੰਗ ਸ਼ੁਰੂ 'ਚ ਤੁਹਾਨੂੰ ਮੂਲ ਮੰਤਰ ਜੋ ਇਹ ਲਿਖਿਆ ਇਹ ਮਿਲਦਾ ਹੈ ਔਰ ਇਹਨੂੰ ਜੇ ਮੈਂ ਇਹ ਕਹਾਂ ਦਿਸ ਇਜ਼ ਦ ਪ੍ਰੀਐਂਬਲ ਆਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੈਨ ਦੈਟਸ ਨੋਟ ਰੋਂਗ ਇਹ ਪ੍ਰੀਐਂਬਲ ਹੈ ਆਪਾਂ ਇਹਨੂੰ ਜਾਣਾਂਗੇ ਕੀ ਹੁੰਦਾ ਆ ਮੰਤਰ ਕੀ ਹੁੰਦਾ ਹੁਣ ਇਹ ਜਾਣੋ ਕਿ ਇਹ ਜਿਹੜਾ ਮੂਲ ਮੰਤਰ ਹੈ ਇਟ ਕਮਸ ਇਨ ਵੇਰੀਅਸ ਫੋਰਮਸ ਇਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਟ ਵਿਲ ਕਮ ਅਗੇਨ ਐਂਡ ਅਗੇਨ ਮੈਂ ਇਸ ਕਰਕੇ ਦੱਸਣਾ ਚਾਹੁੰਦਾ ਆਪਾਂ ਅਗਲੀ ਕਲਾਸ ਤੋਂ ਲਗਾਤਾਰ ਰੀਡਿੰਗ ਸ਼ੁਰੂ ਕਰ ਦੇਣੀ ਹੈ ਬਾਣੀ ਦੀ ਵਾਇਲ ਅੰਡਰਸਟੈਂਡਿੰਗ ਇਟ ਤੋ ਪਹਿਲੀ ਕਲਾਸ ਹੈ ਥੋੜ੍ਹੇ ਜਿਹੇ ਬੇਸਿਕਸ ਸਾਨੂੰ ਪਤਾ ਹੋਣੇ ਚਾਹੀਦੇ ਨੇ
तो जिन्हों असी मूल मंत्र कहने हैं इट कम्स इन वेरियस फॉर्म्स थ्रू आउट गुरु ग्रंथ साहिब महाराज बड़ी तरह आउंदे हैं। तो पहला जेड़ा आ वह फुल वर्जन है जो असी हुणे पढ़िया है ना, एक बार फिर पढ़ दें चलो। एक ओंकार सतनाम करता पुरख निरभउ निरवैर अकाल मूरत अजूनी सैभंग गुरप्रसाद। तो ये जरा फुल है ना गुरप्रसाद तक। कई बार सानू भी एक कईयों के मन च होंदा है कि मूल मंत्र पढ़ लग्या वी एड जप आद सच जुगाद सच है भी सच नानक होसी भी सच। आई जस्ट वॉन्ट टू क्लियर इट, नथिंग रॉन्ग इन रीडिंग श्लोक दैट श्लोक, अगे आएगा कि श्लोक है तो जिन्ना मर्जी पढ़ो सगो होर पढ़ो, nobody is going to stop you, पर मूल मंत्र इतों तक ही है यदा हमने सानू पता लग रहा है बिकॉज इट कम्स 33 टाइम्स 33 बार ये पूरा आंदा है गुरु ग्रंथ साहिब च। यूजली एट द बिगिनिंग ऑफ द राग जेडे राग के चैप्टर ने उन्होंने शुरू च आंदा है, जप बाणी के शुरू च आंदा है। तुसी सवेरे आसा दी वार देख रहे हो दरबार साहब तो या इतों भी उहदे च भी शुरू च पूरा आंदा है एक ओंकार तो लैके गुरप्रसाद तक। फिर आंदा एक ओंकार सतनाम करता पुरख गुरप्रसाद, ये थोड़ा शॉर्ट फॉर्म हो गया ना, ये 9 टाइम्स गुरु ग्रंथ साहिब आंदा है, ये भी मूल मंत्र का ही रूप है थोड़ा शॉर्ट है। देन अगेन अ शॉर्टर वर्जन एक ओंकार सतनाम गुरप्रसाद 2 टाइम्स एंड मोस्ट ऑफ द टाइम्स जो तुसी हुक्मनामा सुनते हो उदो सब तो शॉर्ट फॉर्म आंदा मूल मंत्र का एक ओंकार सत गुरप्रसाद, एक ओंकार सत गुरप्रसाद, ठीक है जी। तो मूल मंत्र का ही जिहड़ा ए फॉर्म ने सो टोटल 568 बार मूल मंत्र गुरु ग्रंथ साहिब चाहुंदा, दैट मीन्स इट्स दैट इंपॉर्टेंट, बड़ा इंपॉर्टेंट है, बड़ा जरूरी है। बार बार क्यों आंदा आप इनू जानिए कि क्यों बार बार आंदा, बिकॉज एदे विच यू विल सी 8 डिफरेंट आइटम्स ने एदे विच टर्म्स ने जिन्हां नू असीं कह दिंदे हां कि रब दी डेफिनेशन है, परमात्मा दी डेफिनेशन एज बाय गुरु नानक साहिब। सो बिकॉज गुरबाणी इज अवर स्पिरिचुअल जर्नी, साडे अंदरले बदलाव वास्ते है, तो मूल मंत्र भी सानू दिता है गुरु ने, है ना, इट्स नॉट अबाउट गॉड इट्स फॉर अस। तो इनू करके करना की है, जिहड़ी पहली चीज है कि मूल मंत्र जिहड़ा असीं पढ़दे पए हैं पहला तां उहदे विच डिफरेंट वर्च्यूज ऑफ गॉड दित्तियां है, है ना, इट डिफाइन्स डिफाइन कर रहा है कि सिखी विच गॉड की है, है ना, एक ओंकार सतनाम करता पुरख असीं हुणे इहदे मीनिंग्स देखांगे। दूजा हैगा कि गॉड लिव्स विद इन अस, साडे अंदर ही है, इहदा मतलब ए जिहड़ी वर्च्यूज ने वी हैव टू एब्जॉर्ब देम इंटरनलाइज करनी है जे असीं उहनूं मिलना है, देयर इज नो अदर वे, रब नूं किते बाहर नहीं मिलिया जाणा। उहदे लई भी जिहड़ी पहली पौड़ी है जपजी साहिब दी you will find ki shlok jehda mool mantra hai eh parmatma bare hai, ede baad jehdi pehli paudi hai guru sahib sanu dasde ki how to meet god, so it won't happen outwardly, baad le jehde effort se oh naal nahi hoega, to eh jehda mool mantra ch kuch virtues dassiyan ne, hai na, kuch gun dasse hai rab de। And third and the most important thing is to use mool mantra as the foundation or the reference point to understand gurbani। इसे करके 568 टाइम्स कि कोई शब्द जे समझना है, इफ यू वांट टू अंडरस्टैंड अ शब्द जिदा मैं पहला किया आउट ऑफ कॉन्टेक्स्ट ना जाए कि मैनू समझ आ जाए। हुण कई बारी कथा करदे आ मेरे वर्गे कई वीर कह दिंदे ने कि रब जिहड़ा इदां आ बन के आया है ना, कोई साखी सुना देणगे कि फिर उत्थे रब प्रगट हो गया है ना, गॉड केम देयर इनकारनेटेड देयर। पर जो मूल मंत्र नूं पढ़ांगे उहदे च आ जाएगा कि वह अजूनी है, नेवर कम्स इनटू बर्थ, वह अवतार नहीं लैंदा, राइट। सो मूल मंत्र साडा रेफरेंस पॉइंट है, वेन एवर वी हीयर समथिंग विच वी थिंक ओके दिस इज नॉट गोइंग टू लाइक ए कोइंसाइड नहीं कर रहा मूल मंत्र दे मीनिंग दे नाल, दैट मीन्स वह कहानी झूठी है, दैट मीन्स वह व्याख्या वह मीनिंग मेरा गलत हो गया, वह मूल मंत्र ते नहीं आ रहा। इसे करके 568 टाइम्स बार बार लिखिया मूल मंत्र कि याद रहे कि इनू समझण वास्ते बाणी नू इनू तुसी रेफरेंस रखना है, जिदा हुंदा ना
लाइक वी यूज दोस बैलेंसेस तकड़ी रख दे एक वटा रख लिया एक किलो का है ना तो रेफरेंस हो गया ना कि इन्ने टमाटर इधर रखे है एक किलो का वटा रखे हम एक किलो टमाटर हो गए तो ओनू बैलेंस कर लिए तो साडे जेडे मीनिंग्स ने अंडरस्टैंडिंग जेडी गुरबाणी दी है इट शुड बी बेस्ड ऑन मूल मंत्र दैट्स व्हाई इट्स बीइंग रिपीटेड अगेन एंड अगेन तो इसमें अगे आ गया कि मूल मंत्र इज द रेफरेंस टू अंडरस्टैंड ईच एंड एवरी शब्द ऑफ गुरबाणी ए रेफरेंस है साडा जिहदे नाल असीं जानना आ चलो अज असीं शुरू करदे हां मूल मंत्र तो ए जेडी बेसिक चीज है बेसिक चीजां ने मैं तुहानूं दसियां ने बिकॉज ए जरूरी सी So we are going to start learning to read Gurbani and understand it. Sab to pehli term jehdi hai, oh hai ek Omkar. Inu padhan lagya dhyan rakhna, Omkar padhna inu, Omkar. Main thale Roman ch koshish kiti hai lage je likhan di, gagga nahi padhna vich. Othe ji zarur likhe hai, Omkar nahi padhna, Omkar. Mere naal bolyo jara, ek Omkar. ओंकार ठीक है ओंकार नेजल साउंड है ते ओंकार 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 नहीं पढ़ना है ना गग्गा नहीं बोलना इट्स लाइक रीचिंग टू दैट गा साउंड बट नॉट प्रोनाउंसिंग इट ओंकार एक ओंकार सारे बोले जरा एक ओंकार हुण देखो जिन्हें बाकी फेथ्स ने ना खासकर जिहड़ा ज्यादा पॉपुलर सी उस वेले प्रेवलेंट जिहड़े रिलीजन सी गुरु नानक साहब दे वेले ओ सी हिंदू जा मुस्लिम ने जा इधरले पासे क्रिश्चियंस ने दे ऑल बिलीव इन ट्रिनिटी और ट्रिनिटी ते बिलीव करदे हैं कि देयर इज वन पावर विच क्रिएट्स देयर अदर पावर विच नरिशेस देन देयर वन पावर विच डिस्ट्रॉयज यू तीन पावर्स है ना ਉਹ ਤਿੰਨ ਅਲੱਗ ਅਲੱਗ ਪਾਵਰਸ ਬਿਲੀਵ ਕਰਦੇ ਆ ਜਿਹਨੂੰ ਹਿੰਦੂ ਧਰਮ ਚ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਕਹਿੰਦੇ ਨੇ ਕਿ ਬ੍ਰਹਮਾ ਕ੍ਰੀਏਟ ਕਰਦਾ ਵਿਸ਼ਨੂੰ ਪਾਲਦਾ ਤੇ ਮਹੇਸ਼ ਖਤਮ ਕਰਦਾ ਬਟ ਗੁਰੂ ਨਾਨਕ ਸਾਹਿਬ ਜਦੋਂ ਇਹ ਪਹਿਲੀ ਟਰਮ ਦਿੰਦੇ ਨੇ ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਨਾਓ ਇੱਕ ਦੇ ਇਜ਼ ਨਾਟ ਇਨ ਵਰਡਸ ਇਟ ਇਜ਼ ਅ ਨਿਊਮਰਲ ਵਨ ਹੈ ਨਾ ਇੱਕ ਲਿਖ ਦਿੱਤਾ ਇਹਦੇ ਕੋਈ ਹੋਰ ਮੀਨਿੰਗ ਕਰ ਹੀ ਨਹੀਂ ਸਕਦਾ ਦੇਰ ਇਜ਼ ਵਨ ਇੱਕੋ ਹੀ ਪਾਵਰ ਹੈ ਉਹੀ ਕ੍ਰੀਏਟ ਕਰਦੀ ਹੈ ਉਹੀ ਪਾਲਦੀ ਹੈ ਉਹੀ ਡਿਸਟਰੋਏ ਕਰਦੀ ਹੈ ਉਹਦਾ ਹੀ ਹੁਕਮ ਚੱਲਦਾ ਠੀਕ ਹੈ ਇੱਕ ਓਂਕਾਰ ਬੜਾ ਕਲੀਅਰ ਹੈ ਇੱਕ ਪਾਵਰ ਹੈ ਥਰੂ ਆਊਟ ਸਾਰਿਆਂ ਚ ਓਂਕਾਰ ਉਹੀ ਕ੍ਰੀਏਟਰ ਹੈ ਉਹੀ ਨਰਿਸ਼ਰ ਹੈ ਉਹੀ ਡਿਸਟਰੋਇਰ ਹੈ ਕਾਰ ਮੀਨਸ ਪ੍ਰੈਜੈਂਟ ਇਨ ਆਲ ਸਾਰਿਆਂ ਚ ਐਵਰੀਵੇਅਰ ਐਟ ਆਲ ਟਾਈਮਸ ਇਹ ਨਹੀਂ ਕਿ ਸੱਤ ਯੁਗ ਚ ਰੱਬ ਜ਼ਿਆਦਾ ਸੀ ਹੁਣ ਤੇ ਕਲ ਯੁਗ ਆ ਗਿਆ ਰਾਈਟ ਸੋ ਇਫ ਜੇ ਸਾਡੇ ਤੇ ਕਿਰਪਾ ਹੋਈ ਮਹਾਰਾਜ ਦੀ ਰੱਬ ਦੀ ਪ੍ਰਮਾਤਮਾ ਦੀ ਵਾਹਿਗੁਰੂ ਦੀ ਐਂਡ ਵੀ ਕੀਪ ਔਨ ਡੂਇੰਗ ਦਿਸ ਕਲਾਸ ਐਂਡ ਰੀਚ ਆਸਾ ਦੀ ਵਾਰ ਤੇ ਆਪਾਂ ਉੱਥੇ ਜਾ ਕੇ ਜਾਣਾਂਗੇ ਕਿ ਕਲ ਯੁਗ ਤੇ ਸੱਤ ਯੁਗ ਗੁਰੂ ਨਾਨਕ ਨੇ ਕਿਹਾ ਕਿਨੂੰ ਹੈ ਐਸ ਲੌਂਗ ਐਸ ਜਿੱਦਾਂ ਜਦੋਂ ਤੁਸੀਂ ਕਲਾਸ 'ਚ ਆਓਗੇ ਗੁਰਬਾਣੀ ਪੜੋਗੇ ਸਤਸੰਗਤ ਆਲ ਦੋਜ ਕੁਐਸਚਨ ਸਾਡੇ ਮਾਇੰਡ 'ਚ ਆਉਂਦੇ ਨਾ ਹੈਵਨ ਐਂਡ ਹੈਲ ਇਹ ਸੱਤ ਯੁਗ ਐਂਡ ਕਲ ਯੁਗ ਇਹ ਧਰਮ ਰਾਜ ਇਹ ਜਮਦੂਤ ਵੀ ਆਲ ਲਿਸਨ ਟੂ ਦੀਜ਼ ਵਰਡਸ ਬੜਾ ਕੁਛ ਆਉਂਦਾ ਹੈ ਮੈਂ ਤੁਹਾਨੂੰ ਇੱਕੋ ਗੱਲ ਕਹਿ ਦਿੰਦਾ ਇਫ ਯੂ ਕਮ ਟੂ ਦਿਸ ਕਲਾਸ ਐਵਰੀ ਵੀਕ ਐਂਡ ਰੀਡ ਗੁਰਬਾਣੀ ਤੁਹਾਨੂੰ ਗੁਰਬਾਣੀ ਚੋਂ ਅਰਥ ਮਿਲਣਗੇ ਬਾਹਰੋਂ ਕਿਤੇ ਨਹੀਂ ਮਿਲਦੇ ਬਾਹਰੋਂ ਉਹੀ ਅਰਥ ਆਣਗੇ ਕਦੀ ਕੋਈ ਕਹੇਗਾ ਮਰਨ ਤੋਂ ਬਾਅਦ ਜਮਦੂਤ ਆਉਂਦੇ ਨੇ ਠੀਕ ਹੈ ਉਹ ਜਮਦੂਤ ਸਿਰਫ ਸਿੱਖਾਂ ਤੇ ਹਿੰਦੂਆਂ ਦੇ ਹਿੱਸੇ ਆਉਂਦੇ ਨੇ ਉਹ ਕਿਸੇ ਕ੍ਰਿਸਚਨ ਦੇ ਹਿੱਸੇ ਨਹੀਂ ਆਉਂਦੇ ਅ ਪਰਸਨ ਹੂ ਡਜ਼ ਨਾਟ ਬਿਲੀਵ ਇਨ ਗੋਡ ਉਹ ਤੇ ਜਮਦੂਤ ਉਹਨੂੰ ਨਹੀਂ ਲੈਣ ਆਉਂਦੇ ਫਿਰ ਹੈ ਨਾ ਕਿਹੜੇ ਨੇ ਜਮਦੂਤ ਸੋ ਵੀ ਵਿਲ ਨੋ ਦੈਮ ਤੋ ਸਤਯੁਗ ਚ ਰੱਬ ਜ਼ਿਆਦਾ ਸੀ ਜਾਂ ਹੁਣ ਨਹੀਂ ਹੈ ਐਸਾ ਨਹੀਂ ਹੈ ਤੋ ਗੁਰੂ ਜੀ ਸਾਨੂੰ ਇਹਦੇ ਦੱਸਣਗੇ ਇੱਕ ਓਅੰਕਾਰ ਮੈਂ ਇੱਥੇ ਇੱਕ ਇੱਕ ਵਰਡ ਦੇ ਅਰਥ ਕੀਤੇ ਇੱਕ ਮੀਨਸ ਵਨ ਦੈਟਸ ਅ ਨਿਊਮਰਲ ਵਨ ਓਅੰ ਦ ਗੋਡ ਦ ਕ੍ਰੀਏਟਰ ਦ ਨਰਿਸ਼ਰ ਐਂਡ ਦ ਡਿਸਟਰੋਇਰ ਕਾਰ ਜਿਹੜੀ ਉੱਤੇ ਕਾਰ ਬਣੀ ਹੈ ਉੜੇ ਤੋਂ ਬਾਅਦ ਹੈ ਨਾ ਹੁਣ ਕਈ ਵਾਰੀ ਜਦੋਂ ਤੁਸੀਂ ਇੰਟਰਨੈਟ ਦੇ ਉੱਤੋਂ ਇੱਕ ਓਅੰਕਾਰ ਡਾਊਨਲੋਡ ਕਰਦੇ ਹੋ ਅੱਜ ਕੱਲ੍ਹ ਬਹੁਤ ਸਾਰੇ ਜਿਹੜੇ ਡਿਸਟੋਰਟਡ ਵਰਜ਼ਨਸ ਆ ਗਏ ਆ ਇਟ ਵਿਲ ਅਪੀਅਰ ਲਾਈਕ ਰਿਟਨ ਓਮ ਓਮ ਬਣਾ ਕੇ ਬਣਾਤਾ ਜਾਂਦਾ ਹੈ ਤੋ ਧਿਆਨ ਰੱਖਣਾ ਊੜਾ ਪੰਜਾਬੀ ਵਾਲਾ ਆ ਹੈ ਨਾ ਜੁੜਿਆ ਹੋਇਆ ਵਿੱਚੋਂ ਤੋ ਊੜਾ ਬਣਾ ਕੇ ਖੁੱਲਾ ਊੜਾ ਤੇ ਉਹਦੇ ਬਾਅਦ ਕਾਰ ਇੱਕ ਲਾਈਨ ਹੈ ਵੱਡੀ ਸਾਰੀ ਉਹ ਕਾਰ ਡਿਨੋਟਸ ਐਵਰੀਵੇਅਰ ਓਮਨੀਪ੍ਰੈਜ਼ੈਂਟ ਹਰ ਜਗ੍ਹਾ ਹਰ ਥਾਂ ਸਾਰਿਆਂ ਚ ਤੋ ਇੱਕ ਓਮਕਾਰ ਦਾ ਸਿੰਪਲੈਸਟ ਮੀਨਿੰਗ ਇਜ਼ ਦੇਅਰ ਇਜ਼ ਵਨ ਗੋਡ ਵੱਖਰਾ ਵੱਖਰਾ ਰੱਬ ਨਹੀਂ ਹੈ ਕਿ ਬਣਾਉਣ ਵਾਲਾ ਵੱਖਰਾ ਹੈ ਤੁਸੀਂ ਹੈਰਾਨ ਰਹਿ ਜਾਓਗੇ ਇਟਸ ਅ ਵੈਰੀ ਫਨੀ ਥਿੰਗ ਇਫ ਯੂ ਗੋ ਟੂ ਰਾਜਸਥਾਨ ਇਨ ਇੰਡੀਆ
ਉੱਥੇ ਪੁਸ਼ਕਰ ਨਾਮ ਦੀ ਸਿਟੀ ਹੈ, ਪੁਸ਼ਕਰ, ਉੱਥੇ ਇੱਕ ਮੰਦਰ ਹੈ, ਦੇਰ ਇਜ਼ ਵਨ ਟੈਂਪਲ, ਐਂਡ ਪੂਰੇ ਵਰਲਡ 'ਚ ਇੱਕੋ ਹੀ ਮੰਦਰ ਹੈ ਬ੍ਰਹਮਾ ਦਾ। ਬ੍ਰਹਮਾ ਇਜ਼ ਨੋਨ ਐਜ਼ ਦਾ ਕ੍ਰੀਏਟਰ ਗੋਡ, ਠੀਕ ਹੈ, ਬ੍ਰਹਮਾ ਦਾ ਮੰਦਰ ਹੈ। ਤੇ ਥੋੜੇ ਥੋੜੇ ਵਿਸ਼ਨੂੰ ਦੇ ਮੰਦਰ ਮਿਲਦੇ ਹਰ ਸ਼ਹਿਰ 'ਚ, ਪਰ ਤੁਹਾਨੂੰ ਜ਼ਿਆਦਾ ਮੰਦਰ ਮਿਲਣਗੇ ਸ਼ਿਵ ਜੀ ਦੇ। ਇਨ ਦੇਅਰ ਫੇਥ ਦੇ ਬਿਲੀਵ ਦੈਟ ਬ੍ਰਹਮਾ ਇਜ਼ ਦਾ ਕ੍ਰੀਏਟਰ, ਵਿਸ਼ਨੂੰ ਇਜ਼ ਦਾ ਨਰਿਸ਼ਰ, ਐਂਡ ਸ਼ਿਵ ਜੀ ਇਜ਼ ਦਾ ਡਿਸਟਰੋਇਰ। ਤੋਂ ਮੌਤ ਤੋਂ ਡਰ ਲੱਗਦਾ, ਇਸ ਕਰਕੇ ਉਹਦੇ ਦੇਵਤੇ ਦੇ ਜ਼ਿਆਦਾ ਮੰਦਰ ਨੇ। ਜਿਹਨੇ ਕ੍ਰੀਏਟ ਕਰ ਦਿੱਤਾ ਉਹਦਾ ਇੱਕ ਹੀ ਮੰਦਰ ਬੜਾ, ਹੁਣ ਉਹਦੇ ਤੋਂ ਕੀ ਲੈਣਾ ਦੇਣਾ, ਹੈ ਨਾ, ਉਹ ਜਨਮ ਤਾਂ ਹੋ ਹੀ ਗਿਆ, ਉਹਦਾ ਇੱਕੋ ਹੀ ਮੰਦਰ ਹੈ। ਸੋ ਜੋਕਸ ਅਪਾਰਟ, ਇਹ ਜਾਣਨਾ ਕਿ ਸਾਡੇ ਗੁਰੂ ਨੇ ਕਿਹਾ ਕਿ ਇੱਕੋ ਹੀ ਹੈ, ਸੈਪਰੇਟ ਨਹੀਂ ਹੈ। ਜਪਜੀ ਸਾਹਿਬ 'ਚ ਵੀ ਅਗਲੀਆਂ ਪੌੜੀਆਂ 'ਚ ਤੁਹਾਨੂੰ ਇਹ ਸਮਝ ਆਵੇਗਾ, ਇੱਕ ਹੀ ਹੈ, ਇੱਕ ਓਅੰਕਾਰ, ਇੱਕੋ ਹੀ ਪਰਮਾਤਮਾ ਹੈ ਥਰੂ ਆਊਟ ਦਾ ਕ੍ਰੀਏਸ਼ਨ, ਹਰ ਜਗ੍ਹਾ, ਸਾਰਿਆਂ 'ਚ ਹੀ। ਤੇ ਸਤਿਗੁਰੂ ਇਸ ਨੂੰ ਅੱਗੇ ਸਮਝਾਉਂਦੇ ਆਪਾਂ, ਵਨ ਗੋਡ ਹੂ ਇਜ਼ ਇਕੁਅਲੀ ਪ੍ਰੈਜ਼ੈਂਟ ਇਨ ਆਲ, ਵਨ ਇਨ ਆਲ ਐਂਡ ਆਲ ਇਨ ਵਨ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਇਨਸਾਈਡ ਐਂਡ ਆਊਟਸਾਈਡ। ਇਹ ਨਹੀਂ ਕਿ ਮੇਰੇ ਅੰਦਰ ਹੀ ਹੈ ਤੇ ਮੈਂ ਕਹਾ ਮੈਂ ਹੀ ਰੱਬ ਹੈ, ਸਾਰਿਆਂ 'ਚ ਹੈ, ਹੈ ਨਾ। ਲਾਈਕ ਇੱਕ ਘੜਾ ਤੁਸੀਂ ਦੇਖੋ, ਘੜੇ ਦੇ ਅੰਦਰ ਵੀ ਸਪੇਸ ਹੈ, ਬਾਹਰ ਵੀ ਸਪੇਸ ਹੈ। ਜੇ ਘੜਾ ਟੁੱਟ ਜਾਏ ਤੇ ਉਹ ਸਪੇਸ ਕਿੱਥੇ ਗਿਆ, ਹਵਾ ਕਿੱਥੇ ਗਈ, ਉੱਥੇ ਰਹੀ। ਸੋ ਜਿਹੜੀ ਅੰਦਰ ਜੋਤ ਹੈ, ਬਾਹਰ ਜੋਤ ਹੈ, ਇੱਕੋ ਹੀ ਹੈ, ਸਮੁੰਦਰ ਵਾਂਗ, ਹੈ ਨਾ। ਥਰੂ ਆਊਟ ਅਸੀਂ ਉਹਦੇ ਵਿੱਚ ਹੀ ਹੈ, ਉਹ ਸਾਡੇ 'ਚ ਹੀ ਹੈ। ਦੈਟ ਮੀਨਸ ਦੇਰ ਇਜ਼ ਨੋ ਨੀਡ ਟੂ ਲਾਈਕ ਕਾਲ ਹਿਮ ਸਮਵੇਅਰ, ਉੱਚੀ ਉੱਚੀ ਬੁਲਾਉਣ ਦੀ ਲੋੜ ਨਹੀਂ ਫਿਰ ਉਹਨੂੰ, ਉਹ ਤੇ ਸਾਡੇ ਅੰਦਰ ਹੀ ਹਮੇਸ਼ਾ। ਇਜ਼ ਨੋਟ ਪ੍ਰੈਜ਼ੈਂਟ ਓਨਲੀ ਇਨ ਸਮ ਸਪੈਸ਼ਲ ਪਲੇਸ ਔਰ ਇਨ ਪਰਸਨ, ਕਿਸੇ ਬੰਦੇ ਵਿੱਚ, ਕਿਸੇ ਖਾਸ ਥਾਂ ਤੇ ਰੱਬ ਨਹੀਂ ਹੁੰਦਾ, ਹਰ ਜਗ੍ਹਾ ਹੀ ਹੁੰਦਾ, ਐਵਰੀ ਪਲੇਸ। ਵਨ ਗੋਡ ਪ੍ਰੈਜ਼ੈਂਟ ਇਨ ਆਲ, ਐਟ ਆਲ ਪਲੇਸਿਸ, ਐਟ ਆਲ ਟਾਈਮਸ। ਸੱਤ ਨਾਮ, ਸੱਤ ਹੁੰਦਾ ਹੈ ਜਿਹੜਾ ਐਗਜ਼ਿਸਟ ਕਰਦਾ ਪਰਮਾਨੈਂਟਲੀ, ਜਿਹੜਾ ਹੈ, ਜਿਹੜਾ ਹਮੇਸ਼ਾ ਹੈ। ਸੱਤ ਆਪਾਂ ਕਹਿੰਦੇ ਨਾ ਸੱਚ ਤੇ ਝੂਠ, ਹੁਣ ਝੂਠ ਕੀ ਹੁੰਦਾ, ਝੂਠ ਨੂੰ ਇਨਵੈਂਟ ਕਰਨਾ ਪੈਂਦਾ, ਯੂ ਹੈਵ ਟੂ ਕ੍ਰੀਏਟ ਅ ਲਾਈ, ਇਟ ਵਾਜ਼ ਨਾਟ ਦੇਅਰ, ਹੈ ਨਹੀਂ ਸੀ, ਉਹਨੂੰ ਬਣਾਇਆ ਆ। ਦੈਟਸ ਵਾਈ ਦੇ ਸੇ ਕਿ ਇੱਕ ਝੂਠ ਨੂੰ ਛਪਾਉਣ ਲਈ ਫਿਰ ਹਜ਼ਾਰ ਹੋਰ ਬਣਾਉਣੇ ਪੈਂਦੇ, ਬਿਕੋਜ਼ ਯੂ ਹੈਵ ਟੂ ਕ੍ਰੀਏਟ, ਹੋਰ ਬਣਾਉਣਾ ਪਏਗਾ ਕਿ ਨਹੀਂ। ਮੈਂ ਤਾਂ ਹਜ਼ਾਰ ਲਏ ਸੀ, ਫਿਰ ਕਿੱਥੋਂ ਲਏ ਸੀ, ਉਹ ਵੀ ਬਣਾਉਣਾ ਪਏਗਾ, ਕਿੰਨੇ ਦਿੱਤੇ ਸੀ ਉਹ ਵੀ ਬਣਾਉਣਾ ਪਏਗਾ। ਸੱਚ ਹੁੰਦਾ ਜਿਹੜਾ ਹੈਗਾ, ਹੈ ਨਾ। ਹੁਣ ਸੱਤ ਲਫ਼ਜ਼ ਜਿਹੜਾ ਹੈ, ਇਟ ਕਮਸ ਫਰੋਮ ਸੰਸਕ੍ਰਿਤ, ਐਂਡ ਦਿਸ ਮੀਨਸ ਪਰਮਾਨੈਂਟਲੀ ਐਗਜ਼ਿਸਟੈਂਟ। ਹੁਣ ਇਹ ਸੱਚ ਹੈ ਦੈਟ ਵੀ ਆਰ ਸਿਟਿੰਗ ਹੇਅਰ, ਬਟ ਆਫਟਰ ਅ ਵਾਈਲ ਵੀ ਵਿਲ ਨਾਟ ਬੀ ਹੇਅਰ, ਇੱਥੇ ਨਹੀਂ ਹੋਵਾਂਗੇ, ਪਹਿਲਾਂ ਵੀ ਨਹੀਂ ਸੀ। ਇਸੇ ਤਰ੍ਹਾਂ ਸਾਡੀ ਬਾਡੀ ਹੈ, ਇਹ ਸੱਚ ਹੈ ਕਿ ਵੀ ਆਰ ਹੇਅਰ, ਬਟ ਇਹ ਅਲਟੀਮੇਟ ਟਰੁੱਥ ਨਹੀਂ ਹੈ, ਇਹ ਸੱਤ ਨਹੀਂ ਹੈ, ਵੀ ਆਰ ਨਾਟ ਪਰਮਾਨੈਂਟਲੀ ਐਗਜ਼ਿਸਟੈਂਟ। ਨਾਮ ਹੁੰਦੀ ਹੈ ਵਰਚਿਊ, ਨਾਮ ਨਾਉਨ ਨਹੀਂ ਹੁੰਦਾ। ਕਿਸੇ ਬੰਦੇ ਦਾ ਨਾਮ ਅਸੀਂ ਰੱਖ ਲੈਂਦੇ, ਉਹ ਠੀਕ ਹੈ, ਪਰ ਕਦੀ ਦੇਖੋ ਕਿਸੇ ਦਾ ਨਾਮ, ਕਿਸੇ ਬੰਦੇ ਨੇ ਕਦੀ ਇਹੋ ਜਿਹਾ ਰੱਖਿਆ ਕਿ ਜਿਹੜਾ ਬੁਰਾ ਹੋਵੇ? ਕਿਸੇ ਦਾ ਨਾਮ ਬੁਰਾ ਨਹੀਂ ਰੱਖਦੇ, ਚੰਗਾ ਰੱਖਦੇ। ਵਾਈ? ਬਿਕੋਜ਼ ਨੇਮ ਡਿਨੋਟਸ ਅ ਕੁਆਲਿਟੀ, ਅ ਵਰਚਿਊ। ਕਿਸੇ ਦਾ ਨਾਮ ਸ਼ੇਰ ਸਿੰਘ ਹੋਵੇ ਤੇ ਉਹ ਡਰਦਾ ਹੋਵੇ, ਅਸੀਂ ਕਹਿੰਦੇ ਲੈ ਨਾਮ ਤੇਰਾ ਸ਼ੇਰ ਸਿੰਘ, ਤੇ ਡਰਦਾ ਫਿਰਦਾ। ਕੋਈ ਆਪਣੇ ਪੁੱਤਰ ਦਾ ਨਾਮ ਗਿੱਦੜ ਸਿੰਘ ਨਹੀਂ ਰੱਖੇਗਾ, ਉਹ ਗਿੱਦੜ ਸਿੰਘ ਹੀ ਲੈ ਕੇ ਤੁਰੇ ਫਿਰਦੇ, ਉਹ ਗੱਲ ਵੱਖਰੀ ਹੈ, ਬਿਕੋਜ਼ ਵੀ ਵਾਂਟ ਅਵਰ ਵਿਸ਼ਿਸ਼ ਟੂ ਬੀ ਫੁਲਫਿਲਡ, ਹੈ ਨਾ। ਤਾਂ ਕੋਈ ਗਿੱਦੜ ਸਿੰਘ ਨਹੀਂ ਰੱਖਦਾ, ਚੰਗਾ ਨਾਂ ਰੱਖਦਾ। ਤੋ ਨਾਮ ਹੁੰਦਾ ਟੂ ਬੀ ਵਨ ਵਿਦ ਅ ਵਰਚਿਊ। ਤੋ ਰੱਬ ਦੀ ਸਭ ਤੋਂ ਵੱਡੀ ਵਰਚਿਊ ਇਹ ਕਿ ਉਹ ਪਰਮਾਨੈਂਟਲੀ ਐਗਜ਼ਿਸਟ ਕਰਦਾ ਹੈ। ਇਫ ਵੀ ਡੋਂਟ ਬਿਲੀਵ ਕਿ ਉਹ ਹੈਗਾ, ਦੈਨ ਦੇਰ ਇਜ਼ ਨੋ ਨੀਡ ਟੂ ਗੋ ਫਰਦਰ, ਫਿਰ ਇਹਦੇ ਅੱਗੇ ਪੜ੍ਹਨ ਦੀ ਲੋੜ ਨਹੀਂ ਹੈ। ਸੱਤ ਨਾਮ ਉਹ ਸਦਾ ਹੈ, ਇਜ਼ ਆਲਵੇਜ਼ ਦੇਅਰ, ਕਰਤਾ ਪੁਰਖ। ਤੋ ਸੱਤ ਨਾਮ ਹੋ ਗਿਆ, ਹਿਜ਼ ਪ੍ਰਾਈਮਲ ਵਰਚਿਊ ਇਜ਼ ਦੈਟ ਹੀ ਐਗਜ਼ਿਸਟ, ਕਿ ਉਹ ਐਗਜ਼ਿਸਟ ਕਰਦਾ ਆ, ਇਜ਼ ਫੋਰ ਐਵਰ। ਜਿਹੜੀ ਸਾਡੇ ਅੰਦਰ ਲਾਈਫ ਹੈ ਉਹਦੀ ਦਿੱਤੀ ਹੋਈ ਹੈ, ਹੈ ਨਾ। ਤੋ ਜੇ ਅਸੀਂ ਜੀ ਰਹੇ ਹਾਂ ਤੇ ਹੈਗਾ ਉਹ ਸਾਡੇ ਨਾਲ। ਕਰਤਾ ਪੁਰਖ, ਕਰਤਾ ਮੀਨਸ ਡੂਅਰ ਔਰ ਕ੍ਰੀਏਟਰ, ਜਿਹੜਾ ਕਰ ਰਿਹਾ ਆ, ਕਰਨ ਵਾਲਾ ਜਿਹੜਾ ਹੁੰਦਾ ਉਹਨੂੰ ਕਹਿੰਦੇ ਨੇ ਕਰਤਾ, ਜਿਹੜਾ ਕੁਛ ਕਰਦਾ ਆ। ਤੋ ਸਾਡੇ ਅੰਦਰ ਹੈਗਾ ਨਾ ਇੱਕ ਓਅੰਕਾਰ, ਉਹ ਕਰ ਰਿਹਾ। ਦੈਟ ਮੀਨਸ ਵਟ ਐਵਰ ਆਈ ਐਮ ਡੂਇੰਗ ਇਜ਼ ਬਿਗ ਬਿਕੋਜ਼ ਆਫ ਦ ਵਰਚੀ ਆਫ ਹਿਸ ਪ੍ਰੈਜੈਂਸ ਇਨ ਮੀ, ਮੇਰੇ ਅੰਦਰ ਉਹ ਹੈਗਾ, ਉਸੇ ਵਰਚੀ ਨਾਲ ਮੈਂ ਕਰ ਰਿਹਾ। ਇਸੇ ਕਰਕੇ ਅਸੀਂ ਜਦੋਂ ਅਰਦਾਸ ਕਰਕੇ ਜਾਂ ਬਾਣੀ ਪੜ੍ਹ ਕੇ ਕਹਿੰਦੇ ਹਾਂ ਨਾ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਜਿਹੜਾ ਬੋਲਿਓ ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਜ਼ੋਰ ਦੀ ਬੋਲਿਓ ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਊਗੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ।
ब्यूटीफुल शब्द मैं तुम्हें पहले दसिया देयर इज नो नीड टू गो आउटवर्ड गुरबाणी एक्सप्लेन्स इटसेल्फ ईगै निर्गुण उगै सरगुण मीन्स फिजिकल निर्गुण मीन्स विच इज नॉट फिजिकल है ही नहीं जिहड़ा दिखाई नहीं दे रहा तो जो मैं दिखाई दे रहा मेरी बॉडी जेडे एक्शन हो रहे ये भी तू ही है जो बार नहीं दिखाई दे रहा वो भी तू ही है ना इट्स बिकॉज ऑफ यू आई एम स्पीकिंग इट्स बिकॉज ऑफ यू आई एम वॉकिंग इट्स बिकॉज ऑफ यू आई एम थिंकिंग मेरे अंदर हैगा दैट्स वाई फिर ही कर रहे हैं करता पुरख तो करता पुरख हो गया ही इज द क्रिएटर एंड ही रिजाइड्स इन हिज ओन क्रिएशन हर क्रिएशन दे विच हैगा तो जड़ी साड़ी क्रिएटिव पावर्स ने जो असी कहने कि बंदे ने जहाज बनाया रब ने थोड़ी बनाया तो बंदे नु किन्ने बनाया है ना हु गेव यू द पावर टू थिंक एंड एक्ट एंड यू नो असेंबल ऑल दोज थिंग्स वो थिंग्स किन्ने बनाइया जड़ी एल्यूमिनियम अलॉय का जहाज बनाया वो एल्यूमिनियम कितों आया है ना सो ही हैज क्रिएटेड एवरीथिंग एंड देन ही हैज गिवन द पावर टू थिंक एंड एक्ट सो वी शैल ऑलवेज बी ग्रेटफुल हमेशा धन्यवादी होना तो करता पुरख सानू सारी पावर्स दे रहा है इहदे बाद निरभाओ निर मीनस विदाउट भाओ मीनस फीयर अच्छा एक वर्ड होर आएगा बार बार अगे इस करके मैं तुहानू दस दिना एक कन्ने का डिफरेंस है यू विल फाइंड भाओ एंड भाओ भाओ मीनस फीयर भाओ मीनस लव प्यार दोनों च बहुत थोड़ा डिफरेंस हुंदा है जिथे भाओ हुंदा उत्थे भी फीयर हुंदा है जिथे भाओ आ ते फीयर हुंदा ही है फिर है ना तो निरभाओ परमात्मा फीयरलैस है असी कड़ा नूं डराण चले सी है ना तो दो चीजा ने सो ही लिव्स विद इन मी वो फीयरलैस है ओनूं असी मैनीपुलेट नहीं कर सकते कि रब्बा मैं तेरी भगती छड़ देनी है मेरा काम कर दे है ना इहो जी चीजा विच नहीं आउंदा है ना सैकेंडली भै काहू को देत ने न पै मानत आन ना तो डरदा तो ना डराउंदा है वह यह नहीं कहता मेरा नाम जपो तो मैं दवांगा अदरवाइज मैं तो सूरज ही नहीं चढ़न देना ओके सो इफ एनी स्टोरी कम टू यू फ्रॉम अ स्टेज फ्रॉम अ गुरुद्वारा फ्रॉम अ टेंपल और एनी वेयर जिथे तुहानू एक कहा गया कि रब उहदे ते गुस्से हो गया मूल मंत्र याद करियो कि वह गुस्से नहीं हुंदा है ना वह किसी नाल दुश्मनी नहीं रखता निरभाओ निरवैर उहदा किसी नाल वैर नहीं ना तो वह डरदा है ना डराउंदा है तो ना ही वह वैर रखता है वो किसी नाल कोई वैर नहीं रखता वह एनिमी नहीं है किसी का तो ना ही साइड्स लैंदा है ना तो निरवैर ही इज डिवॉयड ऑफ एनिमिटी नीदर ही हेट्स ना तो हेट करता है तो ना ही वह साइड्स लैंदा कि मेरा दुश्मन है रब्बा वह जिहड़ा बंदा है तो तू तो मैं तो तेरी इन्नी भगती करता है तो तू ओदियां लत्तां तोड़ दे बिकॉज तू मेरा प्यारा है उन्हें इदा नहीं करना असी साइड लैंदे हैं है ना वी टेक साइड तो पार्शियलिटी नहीं करता साइड्स नहीं कर लैंदा वो बायस नहीं करता निर्वैर अकाल मूरत जिहड़ा है अकाल वर्ड आया काल तो काल हुंदा टाइम अकाल मीनस बियॉन्ड टाइम असी सारे जिहड़े साडे ते इफेक्ट हुंदा टाइम दा वी वर लिटिल एंड दैन वी स्टार्टेड ग्रोइंग अप वी ग्रो ओल्ड एंड दैन वी डाई है ना तो परमात्मा जिहड़ा है वह अकाल है बियॉन्ड टाइम वो टाइम नाल चेंज नहीं हुंदा हुण इस वर्ची नूं अपने अंदर याद रखना मूर्त मीनस फोकस रिमैंबर मेरे ख्याल च मैं उत्थे तुक दित्ती है अकाल मूर्त दे थले तुक दित्ती होनी है एक गुरबाणी दी गुर मूर्त कर ध्यान ध्यान गुरु शब्द विच ध्यान लाना तो उस अकाल वल ध्यान लाने नाल की होएगा कि वट एवर हैपनिंग आउटसाइड बिकॉज ऑफ टाइम चेंजिंग टाइम्स है ना मैं उहदे असर तो बच जावांगा कदी खुशी मिल जाती है आई स्टार्ट जंपिंग अगले दिन मैं ऐ बैठ जाना जिदा है ही कुछ नहीं लाइफ दे विच तो मैनू चेता भुलिया अकाल मूरत मेरे अंदर अकाल है अकाल मीनस बियॉन्ड टाइम सो ये जिहड़े टाइम है तो चेंज हुंदे रहिंदे है रब ते असर नहीं हुंदा फिजिकल वर्ल्ड ते असर हुंदा है सो गुरु जी सेज अकाल मूरत ही इज बियॉन्ड टाइम साडे वांग या बॉडी वांग या फिजिकल थिंग्स वांग वो एज नहीं हुंदा अजूनी जून सानू पता है जून मीनस बर्थ है ना जन्म विच आउना सो जिदा भी जन्म हुंदा उहदी मौत आउंदी है सो रब तां मरदा नहीं वो तो टाइमलैस है तो अजूनी है बियॉन्ड बर्थ वो जन्म च नहीं आउंदा हुण इस चीज़ नूं समझिए इत्थे मैं ज्यादा डिटेल च लिखता थले कि ही नैवर कम्स इन टू बर्थ गॉड इज नैवर इनकारनेटेड ए पहली चीज है गुरबाणी दी मूल मंत्र है 568 टाइम्स आंदा है
तो जदों भी कोई कहानी है कोई साखी कह के तुहानू सुनाए कि रब आ गया उत्थे तुहानू कहो कि मेरा मूल मंत्र झूठा हो जाना रिमैंबर एनी शब्द और साखी शुड बी टेस्टेड ऑन द स्केल ऑफ मूल मंत्र रब जूना च नहीं आउंदा वह सारिया च ही है यह जिन्ना सरगुण दिखाई दे रहा सारिया च ही है पर वो वखरा नहीं हुंदा किसी तो कि ऐ रब है We all are the manifestations of the same God. तो अजूनी है उदे कोई पेरेंट्स नहीं है वो कोई बंदा नहीं है सह भंग सह मीन्स अपने आप तो स्वय अभंग मीन्स आभा पावर वो अपने आप तो प्रकाशमान है उन्हें किसी होर दे सपोर्ट की लोड नहीं यू कैन नॉट क्रिएट अ गॉड असी क्रिएट करते हैं मूर्ति असी क्रिएट करते हैं पिक्चर असी क्रिएट करते हैं थॉट्स पर उन्हें क्रिएट नहीं कर सकते है ना इसे करके जिदन बॉडी पई होंगी है वी कैन नॉट क्रिएट लाइफ अगेन क्योंकि वो दे अंदर सब मैं जोत जोत है सोई जरा बोले सारे सब मैं जोत जोत है सोए सारे नहीं बोल रहे सब मैं जोत जोत है सोए तिसके चानन सब मैं चानन हुए तो उदा चानन है उदी दित्ती लाइफ वो हैगा ते असी जी रहे हैं अदरवाइज वी आर नॉट देयर असी हुंदे नहीं फिर वो नहीं मरदा वो साडे अंदर हुंदा है एंड व्हेन इट्स गॉन जदों अंदर नहीं रहिंदा शरीर च भी सेम बॉडी उत्थे पई है ना खड़े हुंदे ना बोलदे कुछ नहीं करदे असी उहनूं क्रिएट नहीं कर सकदे गुर प्रसाद हुण इह जिहड़ी क्वालिटीज वर्च्यूज ने जिहड़े रब दीआं इहनूं मिलणा किवें है दैट्स द क्वेश्चन तो गुरु नानक सेज गुर प्रसाद प्रसाद हुंदा है कृपा प्रसाद फारसी का वर्ड है दैन इट वॉज टेकन बाय संस्कृत संस्कृत च बनिया प्रसीद प्रसीद हुंदा खुशी जिहड़ी चीज खुश होकर दिती जाए तो गुरु खुश होकर जो तुहानूं समझावे गुरु की खुशी लैनी है ब्लैसिंग्स ग्रेस ऑफ गुरु तो गुरु की ब्लैसिंग्स कड़ा प्रसाद नहीं या फुलियां का प्रसाद नहीं गुरु का प्रसाद हुंदा गुरु के वर्ड्स गुरु का ज्ञान द विजडम द टीचिंग ऑफ द गुरु इज द प्रसाद एंड थ्रू दोज टीचिंग्स वी कैन अंडरस्टैंड वी कैन इंटरनलाइज दीज वर्च्यूज जो असं इन्हों वर्च्यूज इंटरनलाइज करते हैं एबजॉर्व करते हैं फिर असं रब न मिल लें अंदर ही गुर घर ही माहे दिखाया था तो अज का सैशन आप इतने ही समाप्त करा मेरे नाल अखीर वार एक शब्द बोलो सब किछ कर्म है बाहर नाही बाहर टोले सो भरम भुलाही ए चीज है अगली जो हम इतों जप जी साहब की बाणी शुरू होएगी रिमैंबर गुरु जी सानू यही दस रहे गुरु की कृपा दे नाल गुरु के प्रसाद नाल परमात्मा नू अंदर ही लभना है सो होल जप जी साहब की जी अगे बाणी है इट्स योर इनर जर्नी जर्नी विद इन अंदर जाना है तो उसनू मिलना है जिन्हों बाहर लभ रहे थे दैट मीनस ऑल दोज आउटर एफर्ट्स यू नो शटिंग ऑफ द लाइट्स शटिंग ऑफ द डोर किसी वो मंदिर च किसी पता नहीं 84 पौड़ियां चढ़ के फलाने मंदिर च जाना वह सब जिहड़ा है उन्हें गुरु नानक पातशाह खंडन कर देंगे कि यह नहीं अंदर जाना अंदरलियां पौड़ियां चढ़निया है ना यह तरह पत्त पौड़ियां चढ़िए होए एकीश अंदर पौड़ियां चढ़निया सो गुरु कृपा करे अज मैं थोड़ा टाइम वध लै गया बिकॉज वी हैव टू लाइक डिस्कस द बेसिक्स फ्रॉम नैक्सट संडे वी आर गोइंग टू हैव दिस क्लास फ्रॉम 11:15 टू 11:45 सारे नूं बेनती है कि समय सिर पहुंचना असीं गुरबाणी नूं पढ़ना सिखांगे ते नाल नाल उहदे अर्थ जाणांगे जी भुल चुक दी खिमा गज के फतेह बुलाओ वाहिगुरु जी का खालसा वाहिगुरु जी की फतेह